ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਆਪਣਾ ਜਗਸੀਰ ਸਿੰਘ ਗਿੱਲ ਔਰ ਸਾਡੀ ਸਮੁੱਚੀ ਡੇਲੀ ਰੋਕੀ ਨਿਊਜ਼ ਵੈਲਫੇਅਰ ਸੋਸਾਇਟੀ ਜੋ ਕਿ ਸਮਾਜ ਸੇਵਾ ਦਾ ਕੰਮ ਕਰ ਰਹੀ ਆ ਆਪ ਸਭ ਦੇ ਸਹਿਯੋਗ ਦੇ ਨਾਲ ਮੈਂ ਆਪਣੇ ਸਾਰੀ ਹੀ ਸਮੁੱਚੀ ਟੀਮ ਵੱਲੋਂ ਜਿੰਨੇ ਵੀ ਰਾਉਕੇ ਨਾਈਟ ਇੱਥੇ ਸਾਡੇ ਸੰਗਤ ਦੇਖ ਰਹੀ ਆ ਪਿੰਡ ਰਾਉਕੇ ਕਲਾਂ ਔਰ ਸਾਡਾ ਆਪਣਾ ਪਿੰਡ ਬੀੜ ਰਾਉਕੇ ਔਰ ਇਹਨਾਂ ਪਿੰਡਾਂ ਤੋਂ ਬਾਹਰ ਵੀ ਜਿੰਨੇ ਵੀ ਦੋਸਤ ਇੱਥੇ ਰਾਉਕੇ ਨਾਈਟ ਦੇ ਵਿੱਚ ਪਹੁੰਚੇ ਆ ਮੈਂ ਸਭ ਨੂੰ ਫਤਿਹ ਬੁਲਾਉਣਾ ਜੀ ਸਤਿ ਸ੍ਰੀ ਅਕਾਲ ਜੀ ਔਰ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੀ ਜੋ ਸੰਸਥਾ ਚੱਲ ਰਹੀ ਆ ਉਹ ਸਮਾਜ ਸੇਵੀ ਦੇ ਨਾਲ ਨਾਲ ਆਪਣੇ ਪਿੰਡਾਂ ਦੀਆਂ ਖਬਰਾਂ ਵੀ ਪਾਉਂਦੀ ਹੈ ਹਨਾ ਉਹ ਤੁਹਾਡੇ ਸਹਿਯੋਗ ਨਾਲ ਸਾਰਾ ਕੁਛ ਹੋ ਰਿਹਾ ਮੈਂ ਆਸ ਕਰਦਾ ਅੱਗੇ ਤੋਂ ਵੀ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋਗੇ ਔਰ ਜਿੰਨੇ ਵੀ ਸਾਡੇ ਇਸ ਫੰਕਸ਼ਨ ਦੇ ਵਿੱਚ ਵੀਰ ਭੈਣਾਂ ਬਜ਼ੁਰਗ ਮਾਤਾਵਾਂ ਜਿੰਨੇ ਪਹੁੰਚੀਆਂ ਮੈਂ ਸਾਰਿਆਂ ਨੂੰ ਆਪਣੇ ਪਿੰਡ ਵੱਲੋਂ ਔਰ ਬੀੜ ਰਾਉਕੇ ਪਿੰਡ ਵੱਲੋਂ ਫਤਿਹ ਬੁਲਾਉਣਾ ਜੀ ਔਰ ਮੈਂ ਜ਼ਿਆਦਾ ਬੇਨਤੀਆਂ ਨਾ ਕਰਦਾ ਹੋਇਆ ਆਪ ਸਭ ਨੂੰ ਇਹ ਬੇਨਤੀ ਕਰਦਾ ਕਿ ਜੋ ਆਪਣੇ ਪਿੰਡਾਂ ਦੇ ਵਿੱਚ ਨਵੇਂ ਵਿਕਾਸ ਹੋਏ ਆ ਕੁਛ ਪਿਛਲੇ ਵੀਡੀਓ ਵਿੱਚ ਰਹਿ ਗਈਆਂ ਸੀਗੀਆਂ ਉਹ ਨਵੇਂ ਵਿਕਾਸ ਦੀਆਂ ਜੋ ਤਸਵੀਰਾਂ ਹੈ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਥੋੜ੍ਹਾ ਜਿਹਾ ਦੋ ਤਿੰਨ ਮਿੰਟ ਦਾ ਕਲਿੱਪ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਆਸ ਕਰਦਾ ਕਿ ਤੁਸੀਂ ਸਾਰੇ ਦੇਖ ਕੇ ਪਸੰਦ ਕਰੋਗੇ ਔਰ ਸਾਨੂੰ ਐਪਰੀਸ਼ੀਏਟ ਕਰੋਗੇ ਮੈਂ ਜ਼ਿਆਦਾ ਬੇਨਤੀਆਂ ਨਾ ਕਰਦਾ ਆਪ ਸਭ ਤੋਂ ਖਿਮਾ ਮੰਗਦਾ ਜੀ ਸਾਰੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਸਮੁੱਚੀ ਡੇਲੀ ਰਾਉਕੇ ਨਿਊਜ਼ ਵੱਲੋਂ ਔਰ ਜਿਨ੍ਹਾਂ ਨੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਸਾਡਾ ਸਹਿਯੋਗ ਦਿੱਤਾ ਹੈ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਰਹੋ ਪਰਮਾਤਮਾ ਤੁਹਾਡੀ ਦਿਨ ਦੁੱਗਣੀ ਰਾਹ ਚੌਗਣੀ ਤਰੱਕੀ ਬਖਸ਼ੇ ਇੱਕ ਵਾਰ ਫਿਰ ਮੈਂ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਉਕੇ ਕਲਾਂ ਦੀ ਮੋੜੀ ਬਾਬਾ ਰਾਓ ਨੇ ਆਪਣੇ ਕਰ ਕਮਲਾਂ ਨਾਲ ਗੱਡੀ ਸੀ ਜਿਸ ਤੋਂ ਇਸ ਪਿੰਡ ਦਾ ਨਾਂ ਰਾਉਕੇ ਕਲਾਂ ਪਿਆ ਹੈ ਇਸ ਦਾ ਸਾਰਾ ਬਿਊਰਾ ਅੱਜ ਵੀ ਤਸਵੀਰ ਦੁਆਰਾ ਦੇਖਿਆ ਜਾ ਸਕਦਾ ਹੈ ਰਾਉਕੇ ਕਲਾਂ ਵਿੱਚ ਚਾਰ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਜਿਸ ਵਿੱਚ ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹ ਛੇਵੀਂ ਗੁਰਦੁਆਰਾ ਕੇਸਾ ਸਾਹਿਬ ਪਾਤਸ਼ਾਹ ਛੇਵੀਂ ਗੁਰਦੁਆਰਾ ਬਾਬਾ ਜੀਵਨ ਸਿੰਘ ਗੁਰਦੁਆਰਾ ਭਗਤ ਰਵਿਦਾਸ ਜੀ ਗੁਰਦੁਆਰਾ ਜੰਡ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦਿ ਵਿੱਚ ਬਣਿਆ ਹੋਇਆ ਹੈ ਗੁਰੂ ਸਾਹਿਬ ਨੇ ਇੱਕ ਕਿੱਲੇ ਨਾਲ ਆਪਣਾ ਘੋੜਾ ਬੰਨਿਆ ਸੀ ਜੋ ਬਾਅਦ ਵਿੱਚ ਹਰਾ ਭਰਾ ਜੰਡ ਬਣਿਆ ਜੋ ਅੱਜ ਵੀ ਮੌਜੂਦ ਹੈ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰੋਂ ਬਾਹਰੋਂ ਬਹੁਤ ਹੀ ਖੂਬਸੂਰਤ ਹੈ ਇਸ ਤੋਂ ਇਲਾਵਾ ਵਿਸ਼ਾਲ ਦੀਵਾਨ ਹਾਲ ਅਤੇ ਲੰਗਰ ਹਾਲ ਹਨ ਗੁਰਦੁਆਰਾ ਕੇਸਾ ਸਾਹਿਬ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਸ ਜਗ੍ਹਾ 'ਤੇ ਇੱਕ ਛੱਪੜੀ ਹੁੰਦੀ ਸੀ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ ਸੀ ਕਿ ਜੋ ਵੀ ਇਸ ਜਗ੍ਹਾ ਇਸ਼ਨਾਨ ਕਰੇਗਾ ਉਹ ਰੋਗ ਮੁਕਤ ਹੋਵੇਗਾ ਹੁਣ ਇਸ ਜਗ੍ਹਾ ਸੁੰਦਰ ਸਰੋਵਰ ਬਣਿਆ ਹੋਇਆ ਹੈ ਇਸ ਜਗ੍ਹਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦੀ ਸੇਵਾ ਸੰਤ ਪੂਰਦਾਸ ਜੀ ਨੇ ਕਰਵਾਈ ਸੀ ਉਹਨਾਂ ਨੇ 2015 ਵਿੱਚ ਬ੍ਰਹਮਲੀਨ ਹੋਣ ਜਾਣ ਤੋਂ ਬਾਅਦ ਇਹ ਸੇਵਾ ਸੰਤ ਨਿਹਾਲ ਦਾਸ ਜੀ ਨਿਭਾ ਰਹੇ ਹਨ ਗੁਰਦੁਆਰਾ ਬਾਬਾ ਜੀਵਨ ਸਿੰਘ ਚਮਕੌਰਗੜ੍ਹੀ ਦੇ ਸ਼ਹੀਦ ਭਾਈ ਜੀਵਨ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਯਾਦ ਵਿੱਚ ਬਣਿਆ ਹੋਇਆ ਹੈ ਪਿੰਡ ਵਿੱਚ 3 ਉਦਾਸੀਨ ਡੇਰੇ ਹਨ ਜਿਸ ਵਿੱਚ ਉਦਾਸੀਨ ਡੇਰਾ ਭਸੀਨ ਜਿਸ ਦੀ ਸੇਵਾ ਸੰਭਾਲ ਸੰਤ ਤਲੋਕੀ ਜੀ ਕਰ ਰਹੇ ਹਨ ਅੰਦਰਲਾ ਡੇਰਾ ਅਤੇ ਖੂਹੀ ਵਾਲਾ ਡੇਰਾ ਇਸ ਦੀ ਸੇਵਾ ਸੰਭਾਲ ਸੰਤ ਮਹੰਤ ਲਛਮਣ ਦਾਸ ਜੀ ਨਿਭਾ ਰਹੇ ਹਨ ਪਿੰਡ ਵਿੱਚ 5 ਮੰਦਰ ਮਾਤਾ ਕਾਲੀ ਦਾ ਮੰਦਰ ਮਾਤਾ ਨਾਨੂਮਾਈ ਦਾ ਮੰਦਰ ਭਗਵਾਨ ਵਾਲਮੀਕ ਦਾ ਮੰਦਰ ਮਾਤਾ ਜੀ ਦਾ ਮੰਦਰ ਅਤੇ ਸ਼ਿਵ ਦੁਆਲਾ ਹਨ ਇਸ ਤੋਂ ਇਲਾਵਾ ਇੱਕ ਮਸੀਤ ਵੀ ਬਣੀ ਹੋਈ ਹੈ ਪਿੰਡ ਵਿੱਚ ਪੜ੍ਹਾਈ ਦੇ ਲਈ 2 ਸਰਕਾਰੀ ਪ੍ਰਾਇਮਰੀ ਸਕੂਲ 2 ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਲਈ ਅਲੱਗ ਅਲੱਗ ਹਨ ਇਹ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡ ਮੈਦਾਨ ਅਤੇ ਇੱਕ ਜਿਮ ਵੀ ਬਣੀ ਹੋਈ ਹੈ ਪਿੰਡ ਵਿੱਚ 4 ਯਾਦਗਾਰੀ ਗੇਟ ਸਰਦਾਰਨੀ ਸਦਾ ਕੌਰ ਦੀ ਯਾਦ ਵਿੱਚ ਸਰਦਾਰ ਸੱਗੜ ਸਿੰਘ ਦੀ ਯਾਦ ਵਿੱਚ ਡੇਰਾ ਭਸੀਨ ਦਾ ਦਰਸ਼ਨ ਦੁਆਰ ਅਤੇ ਸਾਬਕਾ ਸਰਪੰਚ ਬੀਲਾ ਸਿੰਘ ਦੀ ਯਾਦ ਵਿੱਚ ਗੇਟ ਬਣੇ ਹੋਏ ਹਨ ਪਿੰਡ ਦੇ ਮਹਾਨ ਯੋਧੇ ਜਥੇਦਾਰ ਬਾਬਾ ਬਘੇਲ ਸਿੰਘ ਦੀ ਯਾਦ ਵਿੱਚ ਸਟੇਡੀਅਮ ਅਤੇ ਸਰਦਾਰਨੀ ਸਦਾ ਕੌਰ ਦੀ ਯਾਦ ਵਿੱਚ ਇੱਕ ਗੇਟ ਅਤੇ ਇੱਕ ਯਾਦਗਾਰ ਬਣੀ ਹੋਈ ਹੈ ਪਿੰਡ ਵਿੱਚ ਵੱਖ ਵੱਖ ਪੱਤੇ ਨੇ ਧਰਮਸ਼ਾਲਾ ਪੱਤੀ ਭੋਜੂਗੀ ਪੱਤੀ ਵੀਰਾ ਸਿੰਘ ਪੱਤੀ ਖੁਮਾਰੀ ਕੀ ਪੱਤੀ ਗੁਰਦਾਸ ਪੱਤੀ ਮਾਲੂ ਪੱਤੀ ਫੱਤਾ ਪੱਤੀ ਖੁਸ਼ਹਾਲੀ ਕੀ ਅਤੇ ਹੋਰ ਵੀ ਬਹੁਤ ਸਾਰੀਆਂ ਧਰਮਸ਼ਾਲਾਵਾਂ ਹਨ ਇਸ ਤੋਂ ਇਲਾਵਾ ਪਿੰਡ ਵਿੱਚ ਬਿਜਲੀ ਘਰ ਸਰਕਾਰੀ ਹਸਪਤਾਲ ਸਰਕਾਰੀ ਪਸ਼ੂ ਹਸਪਤਾਲ ਪੰਜਾਬ ਨੈਸ਼ਨਲ ਬੈਂਕ ਦਾਣਾ ਮੰਡੀ ਬੱਸ ਸਟੈਂਡ ਆਰਓ ਸਿਸਟਮ ਅਤੇ ਸ਼ਮਸ਼ਾਨ ਘਰ ਵੀ ਬਣਿਆ ਹੋਇਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਪਿੰਡ ਬੀੜ ਰਾਉਕੇ ਦੀ ਜਿਸ ਵਿੱਚ 3 ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਸਰ ਸਾਹਿਬ ਗੁਰਦੁਆਰਾ ਬਾਬਾ ਦੀਵਾ ਜੀ ਗੁਰਦੁਆਰਾ ਜੋਤੀ ਸਰੂਪ ਜੀ ਗੁਰਦੁਆਰਾ ਨਾਨਕਸਰ
ਪ੍ਰਮੁੱਖ ਸੜਕ 'ਤੇ ਸਥਿਤ ਹੈ। ਇਸ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ। ਗੁਰਦੁਆਰਾ ਬਾਬਾ ਦੀਵਾ ਜੀ, ਇਹ ਬਾਬਾ ਦੀਵਾ ਜੀ ਦੇ ਯਾਦ ਵਿੱਚ ਤਿਆਰ ਕੀਤਾ ਹੋਇਆ ਹੈ। ਗੁਰਦੁਆਰਾ ਜੋਤੀ ਸਰੂਪ ਸਾਹਿਬ, ਇਹ ਗੁਰਦੁਆਰਾ ਸਾਹਿਬ ਸੰਤਾਂ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਹੈ। ਸੰਤ ਬਾਬਾ ਪੂਰਨ ਦਾਸ ਜੀ ਨੇ ਇਸ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਬਾਲਮੀਕ ਮੰਦਰ ਅਤੇ ਸ਼ਹੀਦਾਂ ਦੀ ਜਗ੍ਹਾ ਬਣੀ ਹੋਈ ਹੈ। ਪਿੰਡ ਵਿੱਚ ਪੜ੍ਹਾਈ ਦੇ ਲਈ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਸਰਕਾਰੀ ਹਾਈ ਸਕੂਲ ਹੈ। ਨੌਜਵਾਨਾਂ ਦੇ ਕਸਰਤ ਕਰਨ ਲਈ ਇੱਕ ਜਿੰਮ, ਇੱਕ ਸਰਕਾਰੀ ਡਿਸਪੈਂਸਰੀ, ਪਸ਼ੂ ਭਲਾਈ ਕੇਂਦਰ, ਹਰਮੇਲ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰੀ ਗੇਟ, ਬੱਸ ਸਟੈਂਡ, ਸਹਿਕਾਰੀ ਖੇਤੀਬਾੜੀ ਸਭਾ, ਪਟਵਾਰਖਾਨਾ, ਜਲ ਸਪਲਾਈ ਘਰ, ਆਰ ਓ ਸਿਸਟਮ ਅਤੇ ਸ਼ਮਸ਼ਾਨ ਘਰ ਬਣੇ ਹੋਏ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੈ ਜੋ ਕਿ ਸਾਡੇ ਚੈਨਲ ਰਾਉਕੇ ਨਿਊਜ਼ ਲਾਈਵ 'ਤੇ ਵੱਖ ਵੱਖ ਵੀਡੀਓ ਵਿੱਚ ਦੇਖ ਸਕਦੇ ਹੋ।